ਲੈ ਬਾਈ ਇੱਧਰ ਇੱਧਰ ਧਿਆਨ ਦਿਓ ਜੀ, ਆਪਾਂ ਪੁਆਧ ਵਾਲੇ, ਮਾਲਵੇ ਵਾਲੇ, ਮਾਝੇ ਵਾਲੇ, ਦੁਆਬੇ ਵਾਲੇ ਸਾਰੇ ਇਕੱਠੇ ਹੀ ਆ, ਇਹ ਆਪਾਂ ਸਾਰੇ ਹੀ ਆ। ਇਹ ਹਰਿਆਣਾ ਵੀ ਆਪਣਾ, ਪੰਜਾਬ ਵੀ ਆਪਣਾ, ਯੂਪੀ ਵੀ ਆਪਣਾ, ਰਾਜਸਥਾਨ ਵੀ ਆਪਣਾ ਹੀ ਆ। ਤੇ ਬਿਲਕੁਲ ਇਹ ਦੁੱਖ ਆ, ਇਸ ਤਰ੍ਹਾਂ ਨੌਜਵਾਨ ਨੇ ਗੱਲ ਕੀਤੀ ਕਿ ਪੁਆਧ ਨੂੰ ਸਭ ਤੋਂ ਵੱਡੀ ਮਾਰ ਪਈ ਚੰਡੀਗੜ੍ਹ, ਤੁਹਾਡਾ ਪੁਆਧ ਨੂੰ ਯਾਦ ਕੀ ਬਣਾਇਆ ਗਿਆ। ਪੁਆਧੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਪ ਬੋਲੀਆਂ ਨੇ, ਉਹ ਜੋ ਪੁਆਧੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ, ਉਹਦੀ ਬੋਲੀ ਵੀ ਖਤਮ ਕਰਤੀ। ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣੀ ਬੋਲੀ, ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ। ਸੋ ਆਪਾਂ ਜਕਾਰੇ ਠੰਡੇ ਜੇ ਹੋਏ ਬੈਠੇ ਯਾਰ, ਦੋ ਕੁ ਜਕਾਰੇ ਛੱਡ ਗਏ ਆਪਾਂ। ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ, ਉਹ ਨੌਜਵਾਨ ਆ ਜਿਹਨੇ 2020 ਦੇ ਅੰਦੋਲਨ ਚ ਜਾਨ ਫੂਕਤੀ ਸੀ। ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ, ਤੁਸੀਂ ਇਧਰੋਂ ਹਰਿਆਣੇ ਵੱਲੋਂ ਜ਼ੋਰ ਲਾ ਰਹੇ ਸੀ, ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ, ਉਹ ਦ੍ਰਿਸ਼ ਵਾਇਰਲ ਹੁੰਦਾ, ਜਦੋਂ ਉਹ ਨੌਜਵਾਨ ਇੱਕ ਵਾਟਰ ਕੈਨਨ ਦਾ ਮੂੰਹ ਮੋੜਦਾ, ਉਹ ਪਾਣੀ ਵਾਲੀ ਵਿਛਾੜ ਦਾ ਮੂੰਹ ਮੋੜਦਾ, ਉਸ ਇੱਕ ਘਟਨਾ ਨੇ ਪੰਜਾਬ ਹਰਿਆਣਾ ਹੀ ਨਹੀਂ ਪੂਰੀ ਦੁਨੀਆ ਚ ਬੈਠੇ ਨੌਜਵਾਨਾਂ ਦੇ ਦਿਲਾਂ ਜੋਸ਼ ਭਰਦਾ ਸੀ। ਤੇ ਉਸ ਘਟਨਾ ਕਰਕੇ ਨੌਜਵਾਨ ਘਰਾਂ ਚੋਂ ਨਿਕਲ ਕੇ ਸੰਘਰਸ਼ ਦੇ ਵਿੱਚ ਆ ਕੁੱਦੇ ਸੀ। ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ, ਜਿਹੜਾ ਹੁਣ ਆਪਾਂ 2020 ਵਾਲੇ ਅੰਦੋਲਨ ਦਾ ਦੂਜਾ ਹਿੱਸਾ ਆਪਾਂ ਮੰਨ ਲਗੇ, ਦੂਜਾ ਭਾਗ ਮੰਨ ਲਗੇ, ਦੂਜਾ ਮੋਰਚਾ ਮੰਨ ਲਗੇ, ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆ। ਪਰ ਜਿਸ ਤਰੀਕੇ ਦੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ, ਕਿਵੇਂ ਜ਼ੁਲਮ ਕੀਤਾ ਗਿਆ, ਕਿਵੇਂ ਤਸ਼ੱਦਦ ਢਾਇਆ ਗਿਆ, ਚੱਡੇ ਪਾਰੇ ਕੇ ਬਰਫਾਂ ਲਟਾਇਆ ਗਿਆ, ਪਾਣੀ ਚ ਡਬੋਇਆ ਗਿਆ, ਕਰੰਟ ਲਾਇਆ ਗਿਆ, ਕਈ ਕਈ ਰਾਤਾਂ ਕਈ ਕਈ ਦਿਨ ਸੌਣ ਨਹੀਂ ਦਿੱਤਾ ਗਿਆ। ਸੋ ਇਹ ਕੋਈ ਨਵੀਂ ਗੱਲ ਨਹੀਂ ਆ, ਇਹ ਸ਼ੁਰੂਆਤ ਆ ਭਰਾਵੋ, ਇਹ ਯਾਦ ਰੱਖਿਓ। ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ, ਮੈਂ ਅੱਜ ਇਹਦੇ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ। ਵੈਸੇ ਜਿਸ ਪੱਧਰ ਤੱਕ ਆ ਜਿਹੜੇ ਨਵੇਂ ਕਾਨੂੰਨਾਂ ਚ ਸੋਧ ਕਰਕੇ ਕਹਿੰਦੇ ਅਸੀਂ ਬਸਤੀਵਾਦੀ ਕਾਨੂੰਨ, ਅਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਕਾਲੇ ਕਾਨੂੰਨਾਂ ਤੋਂ ਲੋਕਾਂ ਨੂੰ ਛੁਟਕਾਰਾ ਦਵਾਇਆ, ਲੋਕਾਂ ਨੂੰ ਇਨਸਾਫ ਮਿਲੂਗਾ, ਜਿਸ ਤਰੀਕੇ ਨਾਲ ਇਹਦੇ ਬਹਿਸ ਹੋਣੀ ਚਾਹੀਦੀ ਸੀ, ਇਹਦੇ ਚਰਚਾ ਹੋਣੀ ਚਾਹੀਦੀ ਸੀ, ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ, ਇਹਦਾ ਵਿਰੋਧ ਕਰਨਾ ਚਾਹੀਦਾ ਸੀ, ਉਵੇਂ ਨਹੀਂ ਹੋਇਆ। ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ IPC ਦੀ ਧਾਰਾ ਉਹ ਚ ਬਦਲਾਅ ਕਰਤਾ ਜੀ, ਲੋਕਾਂ ਨੂੰ ਅਸੀਂ ਬਹੁਤ ਸੌਖਾ ਕਰਤਾ ਜੀ। ਪਰ ਯਾਦ ਰੱਖਿਓ, ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜਨ ਦੀ ਲੋੜ ਹੈ, ਜਿਹੜੇ ਕਾਨੂੰਨਾਂ ਦੇ ਮਾਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ
ਕਿਵੇਂ ਇਹ ਦੇਸ਼ ਆ ਜਿਹੜਾ ਪੁਲਿਸ ਸਟੇਟ ਵੱਲ ਵੱਧ ਰਿਹਾ, ਜਾਂ ਕਿਵੇਂ ਪੁਲਿਸ ਦੀ ਧੱਕਾਸ਼ਾਹੀ, ਪੁਲਿਸ ਦੀ ਗੁੰਡਾਗਰਦੀ, ਪੁਲਿਸ ਦਾ ਰਾਜ ਇੱਥੇ ਆਉਣ ਵਾਲੇ ਸਮੇਂ ਚ ਹੋਣਾ। ਜਿਵੇਂ ਕਿ ਕਾਨੂੰਨ ਚ ਕਿਹਾ ਗਿਆ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾਹ ਨਹੀਂ ਦੇਣੀ ਕਿਸੇ ਕੋਰਟ ਨੂੰ, ਕਿਸੇ ਜੱਜ ਨੂੰ, ਕਿਸੇ ਅਦਾਲਤ ਨੂੰ, ਕਿਸੇ ਘਰਦਿਆਂ ਨੂੰ, ਪਰਿਵਾਰ ਦੇ ਮੈਂਬਰ ਨੂੰ। ਗੈਰ ਕਾਨੂੰਨੀ ਤੌਰ ਤੇ ਤੁਹਾਨੂੰ ਇਹ ਆਪਣੇ ਕੋਲੇ ਹਰਾਸ ਰੱਖ ਸਕਦੇ ਆ। 25 ਤੋਂ 40 ਦਿਨ ਦਾ ਸਮਾਂ, ਪੁਲਿਸ ਕੋਲੇ ਬੰਦਾ 25 ਮਿੰਟ ਰਹਿ ਜੇ ਬਹੁਤ ਹੁੰਦਾ, 25 ਮਿੰਟਾਂ ਦੀ ਪੁਲਿਸ ਕੀ ਕਰ ਦਿੰਦੀ ਹੈ। ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਅਦਾਲਤ ਨੂੰ ਨੀ ਪਤਾ, ਕਿਸੇ ਪਰਿਵਾਰ ਨੂੰ ਨੀ ਪਤਾ, ਕਿਸੇ ਸਮਾਜ ਨੂੰ ਨੀ ਪਤਾ, ਕਿਸੇ ਲੋਕਾਂ ਨੂੰ ਨੀ ਪਤਾ, ਉਹਦਾ ਹਸ਼ਰ ਕੀ ਕਰਨਗੇ। ਇਸ ਤੋਂ ਇਲਾਵਾ ਉਹਨਾਂ ਕਾਨੂੰਨਾਂ, ਜਿੰਨਾ ਤੱਕ ਮੈਂ ਮਾੜਾ ਮੋਟਾ ਉਹਦੀ ਸਮਝ ਸਕਿਆ ਗੱਲ ਨੂੰ, ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਸਾਡੇ ਯੂਨੀਵਰਸਿਟੀਆਂ ਦੇ, ਕਾਲਜਾਂ ਦੇ ਵਿਦਿਆਰਥੀ ਨੇ, ਚਾਹੇ ਕੋਈ ਵੀ ਵਰਗ ਹੈ, ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ, ਸੜਕਾਂ ਦੇ ਉਤਰੂਗਾ, ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ, ਉਹਨਾਂ ਦੇ ਉੱਤੇ ਜਿਹੜੇ ਅੱਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਹੈ। ਆ ਸੜਕਾਂ ਦੇ ਬੈਠਿਆਂ ਦੇ ਉੱਤੇ ਹੀ NSA ਤੇ UAPA ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ। ਕੋਈ ਇਹ ਕਹਿੰਦੇ ਵੀ ਕੋਈ ਭੰਨ ਤੋੜ ਹੋਊਗੀ, ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਭੰਨ ਤੋੜ ਕੀਤੀ ਉੱਥੇ। ਉਹ ਮੈਂ ਉਹਦਾ ਗਵਾਹ ਉਸ ਗੱਲ ਦਾ, ਕਿਉਂਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਗੀਆਂ ਸੜਕਾਂ ਦੇ ਪਾਸੇ, ਉਹ ਨੌਜਵਾਨ ਰਾੜਾਂ ਨਾਲ, ਲੋਹੇ ਦੀਆਂ ਨਾਲ, ਡੰਡਿਆਂ ਨਾਲ ਭੰਨ ਰਹੇ ਸੀ। ਮੈਂ ਕਿਹਾ, ਮੈਂ ਕਿਹਾ ਵੀ ਇਹ ਕਾਰਨ ਕੀ ਹੈ, ਤੁਸੀਂ ਕਿਉਂ ਭੰਨਦੇ ਆ, ਇਹ ਸਰਕਾਰੀ ਆ ਜੀ। ਉਹੀ 4-5 ਨੌਜਵਾਨ ਜਿਨ੍ਹਾਂ ਦੀਆਂ ਸ਼ਕਲਾਂ ਮੇਰੇ ਚੇਤੇ ਸੀ, ਅੱਗੇ ਗੁਰਦੁਆਰਾ ਮੈਨੂਗਾ ਢਿੱਲੇ ਦੇ ਕੋਲ ਜਾ ਕੇ ਉਹ ਪੁਲਿਸ ਦੀ ਗੱਡੀ ਚ ਬੈਠੇ ਸੀ। ਉਹਨੇ ਆਪ ਹੀ ਭੰਨ ਤੋੜ ਕਰਾ ਕੇ, ਆਪ ਹੀ ਅੱਗਾ ਲਵਾ ਕੇ, ਇੱਥੇ UAPA NSA ਲਾ ਕੇ ਸਾਡੇ ਕਿਸਾਨ ਆਗੂਆਂ ਦੇ ਉੱਤੇ, ਸਾਡੇ ਮਜ਼ਦੂਰ ਆਗੂਆਂ ਦੇ ਉੱਤੇ, ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ, ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਜਿਹੜੇ ਆਪਣੇ ਲੋਕਾਂ ਨੂੰ ਜਗਾਉਂਦੇ ਆ, ਉਹ ਜੇਲ੍ਹਾਂ ਚ ਕਿਵੇਂ ਬੰਦ ਕਰਨੇ ਆ ਭਰਾਵੋ। ਇੱਕ ਮੋਟੀ ਜੀ ਗੱਲ ਸਮਝ ਲਓ, ਜੇ ਹੁਣ ਤੱਕ ਜਿਹੜਾ ਕਾਰਪੋਰੇਟ ਆ, ਜਿਹੜਾ ਵੱਡਾ ਘਰਾਣਾ, ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ, ਹਰ ਅਦਾਰੇ ਦੇ ਉੱਤੇ, ਹਰ ਚੀਜ਼ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ, ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ, ਦੂਰ ਸੰਚਾਰ ਦਾ ਮਹਿਕਮਾ ਆ ਗਿਆ, ਏਅਰਪੋਰਟ ਉਹਨਾਂ ਕੋਲੇ ਆ ਗਏ, ਇਸ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੇ ਕਿਵੇਂ ਹਵਾਲੇ ਕਰਨਗਾ। ਇਹ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਤੁਹਾਨੂੰ ਜੇਲ੍ਹਾਂ ਚ ਬੰਦ ਕਰਕੇ, ਤੁਹਾਨੂੰ ਡਰਾ ਕੇ, ਧਮਕਾ ਕੇ, ਦਹਿਸ਼ਤ ਪਾ ਕੇ, ਘਰਾਂ ਤਾੜ ਕੇ, ਉਹਨਾਂ ਦਾ ਰਾਹ ਪੱਧਰਾ ਕਿਵੇਂ ਕਰਨਾ। ਸੋ ਇਸ ਕਰਕੇ ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਬਾਰੇ ਲੋਕਾਂ ਨੂੰ ਸੁਚੇਤ ਕਰਦੇ ਹਾਂ, ਜਾਗਰੂਕ ਕਰਦੇ ਹਾਂ, ਉਹਨਾਂ ਕਾਲੇ ਕਾਨੂੰਨਾਂ ਬਾਰੇ ਵੀ ਕਾਨੂੰਨ ਮਾਹਰਾਂ ਦੀ ਰਾਏ ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕਾਨੂੰਨਾਂ ਦਾ ਵੀ ਪੁਰਜ਼ੋਰ ਜਿਹੜਾ ਉਹ ਵਿਰੋਧ ਕਰਨਾ ਚਾਹੀਦਾ। ਸੋ ਇਹ ਤੁਹਾਡੇ ਲੋਕਾਂ ਦੀ ਜਿੱਤ ਹੈ। ਮੈਂ ਨਵਦੀਪ ਨਾਲ ਗੱਲ ਕਰਦਾ ਸੀਗਾ, ਉਹ ਕਹਿੰਦਾ ਬਾਈ 16 ਮੁਕੱਦਮੇ ਦਿੱਤੇ ਆ, 2 ਮੁਕੱਦਮੇ ਦੀ ਗ੍ਰਿਫਤਾਰੀ ਪਾਈ ਹੈ, ਬਾਕੀ ਮੁਕੱਦਮੇ ਉਵੇਂ ਰੱਖ ਲਏ। ਜੇ ਸ਼ਾਇਦ ਅੱਜ ਲੋਕ ਰੋ
ਨਾ ਜੁੜਦਾ, ਲੋਕ ਨਾ ਇਕੱਠੇ ਹੁੰਦੇ, ਆਵਾਜ਼ਾਂ ਨਾ ਬੁਲੰਦ ਹੁੰਦੀਆਂ, ਲੋਕ ਨਾ ਸੱਦਾ ਦਿੰਦੇ ਹਾਲੇ ਕਿਸਾਨ ਆਗੂ ਵੀ ਚਲੋ ਭਾਈ ਵਾਲੇ ਆ ਉਸ ਤਰ੍ਹਾਂ ਤਰੀਕ ਨੂੰ। ਸ਼ਾਇਦ ਨਵਦੀਪ ਸਿੰਘ ਜਲਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਸਾਡੇ ਚਾਹੁੰਦਾ, ਕਿਉਂ ਇੱਕ ਪਾਸੇ ਜਮਾਨਤ ਹੁੰਦੀ, ਦੂਜੇ ਦੀ ਗ੍ਰਿਫਤਾਰੀ, ਦੂਜੇ ਚ ਹੁੰਦੀ, ਤੀਜਾ ਚੌਥਾ ਪੰਜਵਾਂ ਹੀ ਕੰਮ ਚੱਲਣਾ ਸੀਗਾ। ਸੋ ਤੁਹਾਡੇ ਲੋਕ ਰੋਧੀ, ਤੁਹਾਡੇ ਏਕੇ ਦੀ, ਤੁਹਾਡੇ ਸੰਘਰਸ਼ ਦੀ ਜਿੱਤ ਹੈ। ਪਤਾ ਲੱਗਣਾ ਚਾਹੀਦਾ ਕਿ ਹਲੇ ਅਸੀਂ ਜਿਉਂਦੇ ਹਾਂ, ਇਹ ਆਵਾਜ਼ ਸਾਡੀ ਵਾਲੇ ਤੱਕ ਨਹੀਂ, ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ। ਮੈਂ ਜਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ, ਬੁਲੰਦ ਆਵਾਜ਼ ਦੇ ਵਿੱਚ ਹੁਣ ਜਵਾਬ ਦੇਣਾ, ਬੋਲੇ ਸੋਨਿਆ, ਬੋਲੇ ਸੋਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।